ਮੈਂ ਕਿਹਾ ਯਾਰ ਅੱਜ ਮੌਕਾ ਮਿਲਿਆ ਤੇ ਮੈਂ ਉਸ ਮਾਂ ਦੇ ਕੋਲ ਖੜਾ ਜਿਹਦੇ ਤੋਂ ਬਿਹਤਰ ਇਸ ਦੁਨੀਆਂ 'ਚ ਕੋਈ ਔਰਤ ਨਹੀਂ ਪੈਦਾ। ਹਦੀਸੇ ਪਾਕ ਪੜ੍ਹੋ ਤੇ ਦੀਨ ਪੜ੍ਹੋ, ਕਿਸੇ ਨੂੰ ਅੱਲਾਹ ਦਾ ਸਲਾਮ ਇਸ ਦੁਨੀਆਂ 'ਤੇ ਨਹੀਂ ਆਇਆ। ਅੱਲਾਹ ਨੇ ਵੀ ਸਲਾਮ ਭੇਜਿਆ ਜਿਬਰੀਲ ਦਾ ਸਲਾਮ ਕਹਿ ਆਇਆ, ਆਖਿਆ ਯਾ ਰਸੂਲ ਆਇਸ਼ਾ ਨੂੰ ਮੇਰਾ ਸਲਾਮ ਕਹਿ ਦਿਓ। ਅੱਲਾਹ ਦਾ ਸਲਾਮ, ਖੁਦ ਅੱਲਾਹ ਨੇ ਕਿਹਾ ਰਸੂਲਾ ਖਦੀਜਾ ਆ ਰਹੀ ਆ, ਇਹਦੇ ਕੋਲ ਸਾਲਣ ਵੀ ਆ ਤੇ ਖਾਣਾ ਵੀ ਆ ਤੁਹਾਡੀ ਲੈ ਕੇ ਆਉਂਦੀ ਹੈ, ਮੇਰਾ ਸਲਾਮ ਮੈਨੂੰ ਕਹੋ ਕਿ ਮਾਲਕੇ ਕਾਇਨਾਤ ਸਲਾਮ ਆਉਂਦਾ। ਇਸ ਤੋਂ ਖਦੀਜਾ ਉਹ ਮਾਂ ਹੈ ਜਿਹਦੇ ਵੀ ਖੁਦ ਅੱਲਾਹ ਨੇ ਸਲਾਮ ਕਿਹਾ। ਕਿਤਾਬਾਂ ਜਾਣਦੀਆਂ ਖੰਗਾਲੋ ਅਤੇ ਆਲਮਾਂ ਨੂੰ ਪੁੱਛ ਲਓ ਵੀ ਕਿਸੇ ਨੂੰ ਸਲਾਮ ਰੱਬ ਦਾ ਆਇਆ ਉਸ ਨੂੰ, ਕਿਸੇ ਨਹੀਂ ਆਇਆ ਸਿਰਫ ਹਜ਼ਰਤ ਖਦੀਜਾ ਰਜ਼ੀ ਅੱਲਾਹ ਅਨਹਾ। ਅਰੇ ਵੀ ਗੱਲ ਸਾਰੀ ਉਮਤ ਨੂੰ ਪਤਾ, ਅਤੇ ਸਾਰਿਆਂ ਤੋਂ ਪਹਿਲਾਂ ਅੱਲਾਹ ਦੇ ਰਸੂਲ 'ਤੇ ਇਮਾਨ ਜਿਹੜਾ ਹਜ਼ਰਤ ਖਦੀਜਾ ਨੂੰ ਨਸੀਬ ਹੋਇਆ। ਬੰਦਿਆਂ ਨੂੰ ਬਾਅਦ 'ਚ ਪਤਾ ਲੱਗਾ, ਹਜ਼ਰਤ ਅਲੀ ਨੂੰ, ਹਜ਼ਰਤ ਅਬੂ ਬਕਰ ਨੂੰ, ਜਿੰਨੇ ਵੀ ਆ, ਪਹਿਲਾਂ ਜਿਹਨੂੰ ਹਜ਼ੂਰ ਨੇ ਦੱਸਿਆ ਕਿ ਮੇਰੇ ਕੋਲ ਅੱਲਾਹ ਦਾ ਫਰਿਸ਼ਤਾ ਆਇਆ ਅਤੇ ਮੇਰੇ 'ਤੇ ਕਲਾਮ ਅੱਲਾਹ ਦਾ ਨਾਜ਼ਿਲ ਹੋਇਆ, ਉਮਰ ਮੁਮਿਨ ਖਦੀਜਾ ਰਜ਼ੀ ਅੱਲਾਹ ਅਨਹਾ। ਇਸ ਤਰ੍ਹਾਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਵਾਜ਼ੇ ਹਦੀਸਾਂ 'ਚ ਫਰਮਾਇਆ, ਖੋਲ੍ਹ ਖੋਲ੍ਹ ਕੇ ਦੱਸਿਆ ਵੀ ਚਾਰ ਔਰਤਾਂ ਜਿਹੜੀਆਂ ਜੰਨਤ ਦੀ ਔਰਤਾਂ ਦੀ ਸਰਦਾਰ ਹੈ, ਇਹ ਕਾਮਿਲ ਔਰਤਾਂ। ਜਿੰਨੇ ਵੀ ਗੱਲ ਪੱਲੇ ਮੰਨੋ ਵੀ ਔਰਤਾਂ ਮਰਦਾਂ ਦਾ ਝਗੜਾ ਪੁਰਾਣਾ ਅਤੇ ਹੁਣ ਵੀ ਨਹੀਂ ਮੁੱਕਦਾ, ਅਤੇ ਬੇਈਮਾਨ ਉਛਾਲਦੇ ਆ ਵੀ ਔਰਤਾਂ ਨੂੰ ਹੱਕ ਨਹੀਂ ਦਿੰਦੇ, ਇਹਨਾਂ ਨੂੰ ਹੱਕ ਹੀ ਹੈ ਵੀ ਜੋ ਕੰਮ ਮਰਦ ਕਰਦੇ ਉਹੋ ਜਿਹੀਆਂ ਜੀਨਾਂ ਪਹਿਨਣ, ਉੱਦਾਂ ਹੀ ਇਹ ਦਫ਼ਤਰਾਂ 'ਚ ਬਹਿਣ, ਕਿੰਨੀ ਬੇਵਕੂਫੀ ਹੈ। ਇੱਕ ਇੱਕ ਹਾਟਾ ਬਣਿਆ, ਇੱਕ ਦੋਵੇਂ ਜ਼ਰੂਰੀ। ਤੁਸੀਂ ਕੀ ਕਰਦੇ ਜੇ ਮਰਦਾਂ ਵਾਲੇ ਕੰਮ ਉਹਨਾਂ ਵਿਚਾਰੀਆਂ ਕੋਲ ਲੈਂਦੇ, ਘਰ ਦਾ ਵੀ ਕਰਨ, ਨਾਸ਼ਤੇ ਪਕਾ ਕੇ ਮੁੜ ਕੇ ਬੱਸਾਂ 'ਚ ਧੱਕੇ ਖਾਣ, ਸ਼ਾਮ ਨੂੰ ਆਉਣ ਅਤੇ ਪੁੱਤਰ ਮਾਰੋ। ਇੱਕ ਜ਼ੁਲਮ ਦਾ ਨਾਂ ਰੱਖ ਲਿਆ ਕਿ ਅਸੀਂ ਇਹਨਾਂ ਨੂੰ ਤਰੱਕੀ ਦਿੰਦੇ ਹਾਂ। ਇਸਲਾਮ ਦਿਆਂ ਦਾ ਇੱਜ਼ਤ ਆਬਰੂ ਨਾਲ ਘਰ ਬਹਿਣ, ਇਹ ਮਲਕਾ ਹੈ, ਤੂੰ ਕਮਾ ਕੇ ਲਿਆ ਔਰ ਇਹਨੂੰ ਦੇ, ਇਹਦਾ ਕੋਈ ਕੰਮ ਨਹੀਂ ਧੱਕੇ ਖਾਂਦੀ, ਉਹਨੂੰ ਜ਼ੁਲਮ ਬਣਾ ਲਿਆ, ਬੇਵਕੂਫ ਲੋਵਣ ਹੈ। ਮਗਰ ਅੱਲਾਹ ਦਾ ਦੀਨ ਜਿਹੜਾ ਉਹ ਇੱਜ਼ਤ ਦਿੰਦਾ, ਬੜੀ ਇੱਜ਼ਤ ਦਿੰਦਾ। ਤਾਂ ਅੱਲਾਹ ਰੱਬੁਲ ਆਲਮੀਨ ਫਰਮਾਉਂਦੇ ਲਾ ਤਤਮੰਨੋ ਮਾ ਫਜ਼ਲ ਅੱਲਾਹ ਬਈ ਬਾਜ਼ਕ ਮਲਬਾਦ, ਇਹ ਸੂਰਾ ਨਿਸਾ 'ਚ ਹੈ ਕਿ ਮਰਦ ਔਰਤਾਂ ਦੋਵੇਂ ਸਰਿਆ ਨਾ ਕਰੋ ਵੀ ਮੈਂ ਲੜਕਾ ਕਿਉਂ ਨਹੀਂ ਜੰਮੀ। ਉਹ ਨਾ ਆਖੇ ਵੀ ਮੈਂ ਤਾਂ ਇੱਦਾਂ ਦਾ ਕੁੜੀ ਵਰਗਾ ਬਣਨਾ ਸੀ, ਕੀ ਫਾਇਦਾ, ਤੂੰ ਮਰਦ ਬਣ ਗਿਆ ਹੁਣ ਮਰਦ ਹੀ ਰਹਿ ਤੇ ਇਹੋ ਹੀ ਬਣ ਕੇ ਵਿਖਾ, ਇਹ ਲੜਕੀ ਬਣੀ ਇਹ ਆਪਣਾ ਕੰਮ ਕਰ, ਬਾਕੀ ਇਨਾਮ ਪਾਉਣ 'ਚ ਕੋਈ ਫਰਕ ਨਹੀਂ, ਇਹ ਕੰਮ ਹੈ ਵੰਡਿਆ ਦੁਨੀਆ 'ਚ। ਵਰਨਾ ਇੱਕ ਔਰਤ ਨੇਕੀਆਂ ਦੇ ਪਾਰੋਂ ਮਰਦਾਂ ਤੋਂ ਅੱਗੇ ਲੰਘ ਸਕਦੀ ਹੈ। ਅੱਲਾਹ ਪਾਕ ਨੇ ਸੂਰਾ ਆਲ ਇਮਰਾਨ ਦੇ ਆਖਰ 'ਚ ਫਰਮਾ ਕਈ ਜਗ੍ਹਾ, ਕਿੱਡੀ ਪਿਆਰੀ ਐਤ, ਦੇਸੋ ਕੁਰਾਨ ਪਾਕ ਇਕੱਠਾ ਨਹੀਂ ਉਤਰਿਆ, ਇਹ ਕੋਈ ਕਿਤਾਬ ਹੁੰਦੀ 'ਚ ਮਸਲੇ ਲਿਖ ਕੇ ਉਤਾਰ ਦਿੰਦਾ, ਨਹੀਂ ਇਹ ਲੈਕਚਰ ਹੈ ਜਿਹੜਾ ਜ਼ਰੂਰਤ ਦੇ ਮੁਤਾਬਕ ਉਤਰਦਾ ਸੀ। ਜਦੋਂ ਵੇਖਿਆ ਕਿ ਬਹੁਤ ਸਾਰੀਆਂ ਬੀਬੀਆਂ ਉਹਨਾਂ ਨੂੰ ਸਤਾਇਆ ਜਾ ਰਿਹਾ, ਕਿਧਰੇ ਸਮੱਈਆ ਨੂੰ ਕਤਲ ਕਰ ਰਿਹਾ ਅਬੂ ਜਾਲ, ਕਿਧਰੇ ਜ਼ਨੀਰਾ ਨੂੰ ਮਾਰ ਪੈ ਰਹੀ ਹੈ, ਕਿਧਰੇ ਕਿਸੇ ਨੂੰ ਕੁੱਟ ਪੈ ਰਹੀ ਔਰਤਾਂ, ਅਤੇ ਮਰਦੀ ਵਿਚਾਰੇ ਦੁੱਖ ਚੜਾਉਂਦਾ। ਉਸ ਵੇਲੇ ਕੁਰਾਨ ਨਾ ਉਤਰਦਾ ਵੀ ਫਿਕਰ ਨਾ ਕਰੋ, ਫਸਤਜਾਬ ਅਲਾਮ ਰੱਬੋ, ਪਹਿਲਾਂ ਦੁਆ ਆਉਂਦੀ ਹੈ ਸੂਰਾ ਆਲ ਇਮਰਾਨ ਦੇ ਆਖਰ, ਔਰ ਇਹ ਉਹ ਰੁਕੂ ਆ ਜਿਹਨੂੰ ਅੱਲਾਹ ਦੇ ਰਸੂਲ ਅਲੈਹਿ ਸਲਾਮ ਜਦੋਂ ਤਹੱਜਦ ਵੇਲੇ ਜਾਗਦੇ ਸੀ ਅੱਖਾਂ ਮਲਣੀਆਂ, ਪਹਿਲਾਂ ਅਸਮਾਨ ਨੂੰ ਮੂੰਹ ਕਰਨਾ ਔਰ ਇਹ ਸੂਰ ਇਹ ਰੁਕੂ ਪੜ੍ਹਨਾ, ਯਾਦ ਕਰੋ ਇਹਨੂੰ, ਇੰਨਾ ਪਿਆਰਾ। ਔਰ ਇੱਕ ਦਿਨ ਸਾਰੀ ਰਾਤ ਹਜ਼ੂਰ ਜੀ ਰੋਂਦਿਆਂ ਲੰਘੀ, ਸਵੇਰੇ ਆਖਿਆ ਮੇਰੇ 'ਤੇ ਉਹ ਐਤਾਂ ਉਤਰੀਆਂ ਕਿ ਜਿਸ ਬੰਦੇ ਨੇ ਉਹਨਾਂ ਨਹੀਂ ਪੜਿਆ, ਜਿਹਨਾਂ 'ਤੇ ਗੌਰ ਨਹੀਂ ਕੀਤਾ, ਉਹਨੂੰ ਅਕਲ ਦਾ ਕੋਈ ਯਤਨ ਸੀ ਨਹੀਂ। ਪੰਜ ਵਾਰੀ ਰੱਬਾ ਨਾ ਰੱਬਾ ਨਾ ਰੱਬਾ ਨਾ ਦੁਆਵਾਂ 'ਚ ਇਹੋ ਤੁਰਿਆ ਹੁੰਦਾ, ਇੰਨੀ ਆਲਾ ਦੁਆ ਨਹੀਂ, ਹੁਣ ਪੜ੍ਹਨੀ ਗੱਲ ਹੋਰ ਪਾਸੇ ਚਲੇ। ਫਿਰ ਜਵਾਬ ਜਿਹੜਾ ਆਇਆ ਕਿ ਜਦੋਂ ਮੇਰੇ ਕੋਲ ਦੁਆਵਾਂ ਮੰਗਦੇ, ਫਸਤ ਅਦਾਬ ਅਲਹਮ ਰੱਬੋ, ਅੱਲਾਹ ਨੇ ਆਪਣੇ ਰਸੂਲ 'ਤੇ ਉਤਾਰਿਆ ਕਿ ਉਹਨਾਂ ਦੇ ਰੱਬ ਨੇ ਉਹਨਾਂ ਦੀਆਂ ਦੁਆਵਾਂ ਕਬੂਲ ਕਰਨੀਆਂ। ਔਰ ਮੈਂ ਐਲਾਨ ਕਰਨਾ, ਫਸਤ ਅਦਾਬ ਅਲਹਮ ਰੱਬੋ ਮੰਨੀ ਲਾਜ਼ੀ ਅਮਲਾ ਮਿਲ ਮਿਨਕੁਮ, ਤੁਹਾਡੇ 'ਚੋਂ ਮਰਦ ਹੋਵੇ ਮਿਲ ਜ਼ਕਰ ਅਨਸਾ, ਔਰਤਾਂ ਹੁਣ ਕਿਸੇ ਦੀ ਕੀਤੀ ਨੇਕੀ ਮੈਂ ਜ਼ਾਇ ਨਹੀਂ ਕਰੂੰਗਾ, ਜੋ ਜੋ ਰਾਈ ਰਾਈ ਕਰੇ ਸਭ ਮੈਂ ਲਿਖ ਰਿਹਾ ਔਰਤਾਂ ਨੂੰ। ਤਾਂ ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ ਮਰਦ ਤਾਂ ਬਹੁਤ ਤੁਸੀਂ ਸੁਣਿਆ, ਮਗਰ ਚਾਰ ਔਰਤਾਂ ਕਾਮਿਲ ਹੋਈਆਂ, ਔਰ ਜੰਨਤ ਦੀ ਔਰਤਾਂ ਦੀ ਸਰਦਾਰ ਹੈ ਜਿਹਨਾਂ 'ਚ ਮਰੀਅਮ ਆ, ਫਿਰੌਨ ਦੀ ਬੀਵੀ ਆਸੀਆ, ਮੇਰੀ ਬੀਵੀ ਖਦੀਜਾ, ਔਰ ਫਾਤਮਾ ਇੱਕ ਮੇਰੀ ਬੇਟੀ ਹੈ, ਇੱਕ ਬੀਵੀ ਔਰ ਦੋ ਪਹਿਲਾਂ ਗੁਜ਼ਰੀਆਂ, ਇਹ ਜੰਨਤ ਦੀ ਔਰਤਾਂ ਦੀ ਸਰਦਾਰ ਹੈ, ਇਹਨਾਂ ਦੇ ਮਰਤਬੇ ਨੂੰ ਕੋਈ ਨਹੀਂ ਪਹੁੰਚਾ। ਐਡੇ ਮਰਤਬੇ ਦੀ ਮਾਲਕ ਰੱਬ ਸਲਾਮ ਕਰੇ, ਸਭ ਤੋਂ ਪਹਿਲਾਂ ਇਮਾਨ ਲਿਆਵੇ ਔਰ ਸੁਣ ਲਿਆ ਹੀ ਦਰਦ ਦਿਲੇ ਹਰ ਕਸ਼ਕੇ ਅਜ਼ਦਾਨਿਸ਼ ਮਦਾਸ ਰੂਹ ਆਵਾਜ਼ ਪੈਗੰਬਰ ਮੌਜਦਾ ਰੂਮੀ ਚੱਲਾ ਰਹਿਮ ਕਰਿਆ ਹੁੰਦਾ, ਤੁਸੀਂ ਮੌਜੇ ਮੰਗਦੇ ਫਿਰਦੇ ਜੇ ਕਿ ਪੈਗੰਬਰ ਜਿਹੜਾ ਚੰਨ ਟੁਕੜੇ ਕਰੇ ਉਹਦੇ ਸਾਹਮਣੇ ਆਹ ਹੋਵੇ ਏਦਾਂ ਕਰਕੇ ਹੋ, ਇਹ ਅਕਲ ਜਨ ਨੇ ਪੁੱਛਦੇ, ਔਰ ਇਹੋ ਜਿਹਾ ਨੂੰ ਇਮਾਨ ਕਦੀ ਵੀ ਨਸੀਬ ਹੋਇਆ। ਕੁਰਾਨ ਭਰਿਆ ਮੌਜਾ ਮੰਗਣ ਵਾਲਾ ਕੋਈ ਇਮਾਨ ਨਹੀਂ ਲਿਆ, ਕਾਫਰ ਮਰਿਆ ਜਿੱਦ ਕਰਕੇ ਬਹਾਨਾ ਬਣਾ ਗਿਆ ਤੇ ਜਾਦੂ ਮਲੂਮ ਹੁੰਦੇ, ਸਿਰਫ ਹੱਥ ਕਰਨੀ ਕਹਿੰਦੇ ਵੀ ਨਬੀ ਆਹ ਕਰਕੇ ਵਿਖਾਵੇ, ਉਹ ਅੱਲਾਹ ਕਰ ਵੀ ਦਿੰਦਾ ਨਹੀਂ ਮੰਨਦੇ, ਜਿਹਨਾਂ ਮੰਨਣਾ ਹੁੰਦਾ ਉਹ ਅਕਲ ਨਾਲ ਸੋਚੇ। ਇਸ ਬੰਦੇ ਦਾ ਕੈਰੈਕਟਰ ਵੇਖੋ, ਇਹਦੀ ਜ਼ਿੰਦਗੀ ਵੇਖੋ, ਇਹਦੇ ਕੋਲ ਬਹਿਣ ਵਾਲਿਆਂ ਦੀ ਤਬਦੀਲੀ ਵੇਖੋ। ਤਾਂ ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਨੇ ਸਹੀ ਬੁਖਾਰੀ ਦੇ ਸ਼ੁਰੂ 'ਚ ਹਦੀਸੇ ਪਾਕ ਸ਼ੀਆ ਸੁਨੀ ਸਭ ਦੀ ਕਿਤਾਬਾਂ 'ਚ ਕਿ ਕੀ ਆਖਿਆ ਉਸ ਰਸੂਲ ਕਰੀਮ ਅਲੈਹਿ ਸਲਾਮ ਦੇ ਗੱਲ ਹੀ ਸੁਣਾਈ, ਦੱਸਿਆ ਖਦੀਜਾ ਮੈਨੂੰ ਆਪਣੀ ਜਾਨ ਦਾ ਖਤਰਾ,
ਸਾਡੇ ਉਲਮਾ ਦੀ ਮੱਤ ਮਾਰੀ ਗਈ ਵੀ ਹਜ਼ੂਰ ਨੂੰ ਯਕੀਨ ਨਾ ਹੋਇਆ ਮੈਂ ਨਬੀ ਹਾਂ, ਹਜ਼ੂਰ ਵਹਿਮ 'ਚ ਪੈ ਗਿਆ ਵੀ ਸ਼ਾਇਦ ਮੇਰੇ ਕੋਲ ਕੋਈ ਜਿੰਨ ਆਇਆ ਅਤੇ ਮੈਂ ਪਾਗਲ ਹੋ ਗਿਆ, ਐਸਾ ਹੋਇਆ ਐਸਾ ਹੋਇਆ, ਏਡਾ ਬੇੜਾ ਪਾਇਆ ਕੀ ਮੈਂ ਤੁਹਾਡੇ ਸਾਹਮਣੇ ਕਿਤਾਬਾਂ ਪੜ੍ਹਾਂ, ਈਸਾਈ ਕਾਫਰਾ ਇਹਨਾਂ ਸਾਰੇ ਆਰੀਆਂ ਨੇ ਫੜ ਲਈਆਂ, ਉਹਦੇ ਤੁਹਾਡੇ ਨਬੀ ਨੂੰ ਪਤਾ ਵੀ ਨਹੀਂ ਲੱਗਾ ਮੈਂ ਨਬੀ ਮੇਰੇ ਕੋਲ ਫਰਿਸ਼ਤਾ ਆਇਆ, ਉਸ ਵਹਿਮ 'ਚ ਪਿਆ ਸੀ ਔਰ ਪਹਾੜਾਂ 'ਤੇ ਚੜ੍ਹ ਕੇ ਆਪਣੇ ਆਪ ਨੂੰ ਹਲਾਕ ਕਰਨਾ, ਇਹ ਵੀ ਬੁਖਾਰੀ ਦੇ ਅੰਦਰ। ਸ਼ੁਕਰਿਆ ਕਿ ਹਜ਼ਰਤ ਇਮਾਮ ਜ਼ੋਰੀ ਨੇ ਸਾਫ਼ ਕਿਹਾ ਸੀ ਮਾ ਬਲਾ, ਇਹਦੀ ਸਨਦ ਨਹੀਂ ਉਹ ਦੱਸ ਸਕੇ ਤੇ ਕਿਸ ਬੰਦੇ ਨੇ ਦੱਸਿਆ ਵੀ ਹਜ਼ੂਰ ਪਹਾੜ 'ਤੇ ਚੜ੍ਹ ਕੇ ਡਿੱਗਣਾ ਤੁਸੀਂ, ਕਹਿੰਦੇ ਮੈਨੂੰ ਇਹ ਪਤਾ ਲੱਗਾ। ਇਮਾਮ ਅਲਬਾਨੀ ਸਾਰਿਆਂ ਨੇ ਆਖਿਆ ਪਤਾ ਲੱਗਣਾ ਵੀ ਕੋਈ ਗੱਲ ਹੈ ਸੁਣੀ ਸੁਣਾਈ ਗੱਪ, ਉਹ ਹਵਾਲਾ ਦੇ ਕੇ ਕੌਣ ਸੂਰਾਂ ਦੇ ਜ਼ਮਾਨੇ ਦਾ ਬੰਦਾ ਦੱਸਦਾ, ਇਸ ਤੋਂ ਕੁਰਾਨ ਹਦੀਸ ਸਭ ਨੂੰ ਵੇਖ ਕੇ ਅਕਲ ਨਾਲ ਗੱਲ ਮੰਨਣੀ ਚਾਹੀਦੀ ਹੈ। ਰਸੂਲ ਕਰੀਮ ਅਲੈਹ ਸਲਾਮ ਨੂੰ ਔਰ ਕਿਸੇ ਨਬੀ ਨੂੰ ਪਹਿਲੇ ਦਿਨ ਹੀ ਸੁਣਦੇ ਬਈ ਕਦੀ ਸ਼ੱਕ ਨਹੀਂ ਕਿਹਾ, ਜਿਸ ਤਰ੍ਹਾਂ ਹੁਣ ਤੁਹਾਨੂੰ ਕੋਈ ਸ਼ੱਕ ਹੈ ਮੈਂ ਤੁਹਾਡੇ ਸਾਹਮਣੇ ਬੈਠਾ, ਸਾਹਮਣੇ ਦੀ ਗੱਲ। ਪੈਗੰਬਰ ਲਈ ਇਸ ਤਰ੍ਹਾਂ ਯਕੀਨੀ ਹਰਕਤ ਹੀ ਹੁੰਦਾ, ਮਾਹੌਲ ਹੀ ਐਸਾ ਹੁੰਦਾ, ਨੂਰ ਚਮਕ ਰਿਹਾ ਹੁੰਦਾ, ਫਰਿਸ਼ਤੇ ਆਪਣੀ ਸ਼ਕਲ 'ਚ ਆਉਂਦੇ, ਉੱਥੇ ਸ਼ੱਕ ਹੀ ਪੈਣੀ ਹੁੰਦੀ, ਉਹਨੂੰ ਯਕੀਨ ਨਹੀਂ ਤਾਂ ਹੋਰ ਕਿਹਨੂੰ ਹੋਣਾ। ਜਿਹੜਾ ਕਿਹਾ ਮੈਨੂੰ ਜਾਨ ਦਾ ਖਤਰਾ, ਇਹਨਾਂ ਕਿਹਾ ਜਨੂਨ ਹੈ ਮੈਨੂੰ ਕੁਝ ਜਨ ਨਾ, ਬੇਵਕੂਫੋ ਨਾਦਾਨੋ, ਜਿਸੇ ਪੈਗੰਬਰ ਦੇ ਜਿੰਨੇ ਕੰਮ ਲਗਾ ਕੇ ਉੱਠ ਖੜਾ ਔਰ ਸਾਰੀ ਦੁਨੀਆ ਨੂੰ ਜਗਾ ਤੇ ਇਹਨਾਂ ਨੂੰ ਬੁੱਤ ਪ੍ਰਸਤੀ ਤੋਂ ਰੋਕ ਤੇ ਅੱਲਾ ਬੁਲਾ ਜਹਾਨ 'ਤੇ ਵੀੜਿਆ ਸੀ, ਇਹ ਬਿਲਕੁਲ ਇੱਦਾਂ ਹੀ ਹੈ ਜਿਵੇਂ ਮੈਨੂੰ ਕਹਿਤਾ ਜਾ ਦਰਿਆ ਨੂੰ ਬੰਨ ਲਾ, ਦਰਿਆ ਨੂੰ ਬੰਨ ਲੱਗਦੇ ਸਾਰੀ ਦੁਨੀਆ ਜ਼ੋਰ ਲਾਉਂਦੀ ਤਾਜ਼ੀ ਪਾਣੀ ਨੇ ਕੋਈ ਨਾ ਕੋਈ ਰਸਤਾ ਕੱਢਣਾ ਹੁੰਦਾ, ਹੈਂ ਨਹੀਂ ਖਲਕਤ ਦੀ ਬੰਦ ਜ਼ਬਾਨ ਹੁੰਦੀ, ਨਹੀਂ ਲੱਗਦੇ ਦਰਿਆਵਾਂ ਨੂੰ ਬੰਨ ਹੀ, ਉਹ ਬੰਨ ਲਾਉਣ ਦਾ ਹੁਕਮ ਹੋਇਆ ਕਿ ਸਾਰਾ ਜਾਨ ਐਂ ਨੂੰ ਜਾ ਰਿਹਾ ਮੋੜ ਇਹਨਾਂ ਨੂੰ ਦੀਨ ਵੱਲ, ਏਡਾ ਔਖਾ ਕੰਮ। ਉਸ ਵੇਲਾ ਦੇ ਰਸੂਲ ਨੇ ਫਰਮਾਇਆ ਏਡਾ ਖਤਰਨਾਕ ਕੰਮ ਮੇਰੇ ਜਿੰਮੇ ਰੱਬ ਨੇ ਲਾਤਾ, ਤਾਂ ਹਜ਼ਰਤ ਖਦੀਜਾ ਨੇ ਆਖਿਆ ਅੱਲਾਹ ਦੇ ਰਸੂਲ ਤੈਨੂੰ ਅੱਲਾਹ ਜ਼ਾਇਆ ਨਹੀਂ ਕਰ ਸਕਦਾ, ਮੇਰੀ ਉਮਰ ਤੇਰੇ ਨਾਲ ਗੁਜ਼ਰੀ, ਕਿੰਨੇ ਸਾਲ ਹੋ ਗਏ ਮੈਨੂੰ ਤੇਰੇ ਘਰ, ਤੂੰ ਸੱਚ ਬੋਲਦਾ, ਤੂੰ ਗਰੀਬਾਂ ਦੀ ਇਮਦਾਦ ਕਰਨਾ, ਤੂੰ ਜਿੱਥੇ ਕਿਸੇ ਨੂੰ ਜ਼ਰੂਰਤ ਪੈਂਦੀ ਉਹਦੀ ਮਦਦ ਕਰਨਾ, ਐਸੇ ਔਸਾਫ ਬਿਆਨ ਕੀਤੇ ਜਿਹਨਾਂ ਦੇ ਬਾਰੇ 'ਚ ਇਮਾਮ ਇਬਨ ਹਜ਼ਰ ਅਸਕਲਾਨੀ ਆਉਂਦਾ, ਦੋ ਤਰ੍ਹਾਂ ਦੀ ਨੇਕੀਆਂ, ਜਾਂ ਮਖਲੂਕ ਨਾਲ ਨੇਕੀ ਆ, ਫਿਰ ਆਪਣੇ ਆ, ਜਾਂ ਕੁਛ ਬੇਗਾਨੇ ਆ, ਕੁਛ ਮਾਲ ਨਾਲ, ਕੁਛ ਜਾਨ ਆਪਣੇ ਬਦਨ ਨਾਲ, ਸਾਰੀਆਂ ਤਾਂ ਉਸ ਹਜ਼ਰਤ ਖਦੀਜਾ ਨੇ ਗਿਣਤੀਆਂ, ਫਿਰ ਕਿਸੇ ਦਿਨ ਸਹੀ ਸਾਰੀਆਂ ਦੋ ਚਾਰ ਫਿਰਕੀਆਂ 'ਚ ਬਿਆਨ ਕਰਤੀਆਂ ਵੀ ਹਰ ਪਾਸੋਂ ਆਪਣੇ ਜਾਨੋਂ ਮਾਰਨਾ, ਤੂੰ ਖਲਕੇ ਖੁਦਾ ਦਾ ਖੈਰ ਖਾਂ, ਤੈਨੂੰ ਰੱਬ ਨੇ ਕਿਉਂ ਛੱਡਣਾ, ਤੈਨੂੰ ਤਨਾ ਨਹੀਂ ਛੱਡੂਗਾ, ਅੱਲਾ ਮਦਦ ਕਰਨਾ। ਤਾਂ ਹਜ਼ਰਤ ਖਦੀਜਾ ਰਜ਼ੀ ਅੱਲਾ ਤਾਲਾ ਨਾਲ ਪਹਿਲੀ ਮੋਮਨਾ, ਰੱਬ ਦਾ ਉੱਤੇ ਸਲਾਮ ਆਇਆ ਔਰ ਸਾਰੀ ਔਲਾਦ ਅੱਲਾ ਨੇ ਰਸੂਲ ਕਰੀਮ ਅਲੈਹਿਸਲਾਮ ਨੂੰ ਉਹਦੇ 'ਚੋਂ ਦਿੱਤੀ ਹੈ। ਬਾਅਦ 'ਚ ਇੱਕ ਬੱਚਾ ਇਬਰਾਹਿਮ ਆਖਰ ਉਮਰ 'ਚ ਮਾਰੀਅਤ ਹੋਇਆ,